सुलभ कैसा लगा आपको? बहुत अच्छा लगा। आपको क्या लगा भाई? मुझे भी अच्छा लग रहा है। वैसे गुस्सा ना करी, तेरा मुंह ये साड़ा है मैं जिम्मे 1.5 लाख के मिठे चूप गए हैं। ਮਿਠਾਈ ਇੰਨੇ ਚੁੱਪੇ ਮੂੰਹ ਉੱਥੇ ਰੁਕ ਗਿਆ। ਤੁਸੀਂ ਇਹ ਦੱਸੋ ਫੈਸਲਾਬਾਦ ਆਏ ਇੱਥੇ ਦੇ ਲੋਕ ਕੈਸੇ ਲੱਗੇ ਤੁਹਾਨੂੰ? ਬਹੁਤ ਅੱਛੇ ਲੋਕ ਆ। 2 ਹਫ਼ਤੇ ਹੋਰ ਰਹਿ ਲਓ ਪਤਾ ਲੱਗ ਜਾਂਦਾ। ਅੱਛਾ, ਬਸ ਇੱਕ ਨਸੀਹਤ ਇਹਨਾਂ ਨਾਲ ਬਹਿ ਕੇ ਸ਼ਰਾਬ ਨਹੀਂ ਪੀਣੀ, ਕਿਉਂਕਿ ਸ਼ਰਾਬ ਪੀ ਕੇ ਰੋਂਦੇ ਬਹੁਤ ਆ। ਅੱਛਾ, ਕੁੜੀ ਨੇ 15,000 ਲੈਣਾ, ਰੋ ਕੇ 30 ਲੈ ਜਾਂਦੇ ਆ। ਅੱਛਾ ਹਾਂ, ਕੁੜੀ ਨਾਲੇ ਕੰਮ ਕਰਾ ਰਹੀ ਹੁੰਦੀ, ਨਾਲੇ ਹੌਸਲਾ ਦੇ ਰਹੀ, ਕਰੋ ਕੰਮ ਪੈਸੇ ਆ ਜਾਣਗੇ। ਅਗੋ ਕੁੜੀ ਰੋ ਕੇ ਕਹਿਣ ਦੇ, ਮੈਂ ਤੁਹਾਡੇ ਕੋਲ ਪੈਸੇ ਮੰਗਣੇ ਨਹੀਂ ਸੀ, ਮਾਨ ਮੈਂ ਤਾਂ ਆਪ ਬੜੀ ਪਰੇਸ਼ਾਨ ਆ, ਪਿਓ ਮੇਰਾ ਰਕਸ਼ਾ ਚਲਾਉਂਦਾ, ਮੈਂ ਕੀ ਔਰ ਇਹਨਾਂ ਨਾਲ ਧਾਰ ਨਹੀਂ ਕਰਨਾ, ਕਿਉਂਕਿ ਇਹਨਾਂ ਨੇ ਤੁਹਾਨੂੰ ਚੈੱਕ ਹੀ ਉਹ ਦੇਣਾ ਜਿਹੜਾ ਬੈਂਕ ਹਜੇ ਬਣਨਾ ਹੈ। ਹੁਣ ਫੈਸਲਾਬਾਦ ਦੀ ਇੱਕ ਗੱਲ ਬੜੀ ਮਸ਼ਹੂਰ ਆ, ਤੂੰ ਇੱਥੇ ਬਹਿ, ਮੈਂ 2 ਮਿੰਟ 'ਚ ਆਇਆ। ਅਗਲਾ 2-2 ਘੰਟੇ ਨਹੀਂ ਆਉਂਦਾ ਬਾਹਰ, ਰਕਸ਼ੇ ਵਾਲਾ ਉਡੀਕਦਾ ਰਹਿੰਦਾ। ਆਹ ਵੇ, ਇੱਦਾਂ ਦੇ ਬੰਦੇ ਨੂੰ ਦੇਖ ਕੇ ਬੰਦਾ ਪਰੇ ਨੂੰ ਹੋਏ ਨਾ, ਖਰੇ ਥੁੱਕਣ ਲੱਗਾ। ਅੱਛਾ, ਚਾਹ ਦੇ ਵਿੱਚੋਂ ਰਸ ਕੱਢੋ, ਤੇਰੇ ਮੂੰਹ ਵਰਗਾ ਹੋ ਜਾਂਦਾ। ਇਹ ਬਾਹਰ ਬੰਦਾ ਜਿਹਨੂੰ ਆਪਣੇ ਆਪ ਤੋਂ ਬੋ ਆਉਂਦੀ, ਔਰ ਇੱਦਾਂ ਦਾ ਮੂੰਹ ਭਲਾ ਕਦੋਂ ਬਣਦਾ ਜਦੋਂ ਅੱਗੇ ਅੱਗ ਬਲਦੀ ਹੋਵੇ। ਜਾਂ ਇੱਦਾਂ ਦਾ ਮੂੰਹ ਉਦੋਂ ਬਣਦਾ ਜਦੋਂ ਕੋਠੇ 'ਤੇ ਏਡੀ ਮਸ਼ੀਰ ਆ ਰਹੀ ਹੈ। ਇੱਦਾਂ ਦਾ ਬੰਦਾ ਮਰੀਜ਼ ਦੇ ਨਾਲ ਜਾਵੇ ਨਾ ਡਾਕਟਰ ਦੇ ਕੋਲ, ਅਤੇ ਡਾਕਟਰ ਮਰੀਜ਼ ਛੱਡ ਕੇ ਇੱਦਾਂ ਇਹਨੂੰ ਟੀਕਾ ਲਾਉਂਦਾ, ਪਤਾ ਨਹੀਂ ਕਿੰਨੀ ਤਕਲੀਫ 'ਚ ਹੈ। ਫੌਜਗੀ ਵਾਲੇ ਘਰ ਜਾਓ ਨਾ, ਤੇ ਬੰਦਾ ਜਾਂਦਾ ਹੀ ਹੈ ਨਾ, ਸਾਰਾ ਕੁਝ ਛੱਡ ਕੇ ਇਹਦਾ ਮੂੰਹ ਦੇਖ ਕੇ ਅਫਸੋਸ ਕਰਨਾ ਪੈਂਦਾ ਵੀ ਖਰਾ ਇਹਦਾ ਕੁਝ ਲੱਗਦਾ ਆ। ਅੱਛਾ, ਇੱਦਾਂ ਦੇ ਨੈਣ ਨਸ਼ ਪਤਾ ਕਦੋਂ ਬਣਦੇ ਆ? ਜਦੋਂ ਆਣ ਕੇ ਸਿਆਣਾ ਜਿਹਾ ਬੰਦਾ ਕਹੇ ਨਾ, ਉਹ ਤੈਨੂੰ ਬਰਾਤ ਦੇ ਨਾਲ ਹੀ ਲੱਗ ਜਾਣਾ। ਹਾਂ, ਕਮਾਲ ਆ ਵੀ, ਮੈਂ ਸਵੇਰ ਦੇ ਕੱਪੜੇ ਪਾ ਕੇ ਬੰਦੇ, ਜੇ ਮੈਨੂੰ ਲਿਜਾਣਾ ਨਹੀਂ ਮੈਨੂੰ ਉਦੋਂ ਕਹਿੰਦੇ। ਇੱਦਾਂ ਦਾ ਮੂੰਹ ਕਦੋਂ ਬਣਦਾ ਭਲਾ? ਜਦੋਂ ਬੰਦੇ ਨਿੱਚ ਫਸੀ ਹੁੰਦੀ ਹੈ। ਅੱਜੀ ਰੋਡ ਤੇ ਬਣਦਾ ਜਦੋਂ ਬੰਦਾ 71-72 ਤੱਕ ਪਹੁੰਚਦਾ ਹੈ। 71-72 ਬਹੁਤ ਲੇਟ ਹੁੰਦੇ ਆ। ਤੂੰ ਪਤਾ ਨਹੀਂ ਕਿੱਥੇ ਕਰਦਾ ਰਹੇ। ਅਸਲਾਮੁਅਲੈਕੁਮ। ਵਾਲੇਕੁਮ ਸਲਾਮ। ਕੀ ਹਾਲ ਹੈ ਜੀ? ਠੀਕ ਠਾਕ। ਹੋਰ ਸੁਣਾਓ, ਠੀਕ ਹੈ ਜੀ? ਬਿਲਕੁਲ ਠੀਕ। ਮਾਸ਼ਾਅੱਲਾ, ਅੱਛੀ ਪਰਸਨੈਲਿਟੀ ਆਪਕੀ ਜੀ। ਅਲਹਮਦੁਲਿਲਾਹ। ਆਪ ਪੜ੍ਹੇ ਲਿਖੇ ਲੱਗਤੇ ਹੈ? ਆਫ ਕੋਰਸ। ਅੱਛਾ, ਆਪਸ ਕੀ ਬਾਤ ਹੈ ਜੀ? ਜੀ, ਇੱਕ ਪੱਪੀ ਹੋ ਜੇ। ਇਹ ਪੱਪੀਆਂ ਵਾਲਾ ਮੂੰਹ ਨਹੀਂ ਵਿਰਿਆ, ਕੰਧਾਂ ਨਾਲ ਰਗੜਨ ਵਾਲਾ ਮੂੰਹ ਆ। ਮਾਡਲ ਆ, ਮਾਡਲ ਗੋਲੀ ਤੇਰੇ ਬੁੱਲ ਆਉਂਦੇ ਆ। ਹੁਣ ਤਰੱਕੀ ਕਰ ਲਈ, ਹੁਣ ਇਹਦਾ ਪੈਰ ਆਉਂਦਾ। ਇੱਦਾਂ ਦਾ ਬੰਦਾ ਨਾ ਯਕੀਨ ਕਰੋ,
ਹਾਂ ਐਦਾਂ ਦਾ ਬੰਦਾ ਖੋਤੇ ਨਾਲ ਦੌੜ ਲਾਊ ਤੇ ਖੋਤੇ ਤੋਂ ਅੱਗੇ ਲੰਘ ਕੇ ਖੋਤੇ ਨੂੰ ਕਹਿਣ ਦਾ ਗੁਜਰਾਲੇ ਦੀ ਮੈਂ ਤੇਰੀ ਉਹ ਭੈਣ ਕੱਢਣੀ ਜੇ ਟਿਊਸ਼ਨ ਜਾਂਦੀ ਹੈ ਤੂੰ ਕਿੱਥੇ ਆ ਫੈਸਲਾਬਾਦ ਦਾ ਤੇ ਮੈਂ ਕਿੱਥੇ ਗੁਜਰਾਲੇ ਦੀ ਉਹ ਵੀ ਇਸ ਫੈਸਲਾਬਾਦ ਦੀ ਲੱਤ ਥੱਲੋਂ ਲੰਘੇ ਗੁਜਰਾਲੇ ਲੱਤ ਥੱਲੋਂ ਨੀ ਸਾਰੇ ਪਾਸੇ ਫਨਕਾਰ ਸਾਰੇ ਇੱਕੋ ਜਿਹੇ ਆ ਉਹਨਾਂ 'ਚ ਵਾਧਾ ਘਾਟਾ ਕਿ ਫਨਕਾਰ ਤੇ ਪਰਿੰਦੇ ਦਾ ਇੱਕ ਹਿਸਾਬ ਆ ਇਹ ਜਿੱਥੇ ਮਰਜ਼ੀ ਕੰਮ ਕਰ ਸਕਦਾ ਲੇਕਿਨ ਹੈ ਤੇ ਅਸੀਂ ਸਾਰੇ ਪਾਕਿਸਤਾਨੀ ਗੱਲ ਪਾਕਿਸਤਾਨੀ ਦੀ ਪਾਕਿਸਤਾਨ ਦੀ ਹੋ ਰਹੀ ਗੱਲ ਇਹ ਸਾਦਾ ਐਡਾ ਬੁਰਾ ਲੱਗਦਾ ਔਰ ਸੈਕਸ ਕਰਦਾ ਕਿ ਜਿੱਦਾਂ ਹੋ ਰਿਹਾ ਇਹ ਆਪਣੀ ਬੁੱਢੀ ਨੂੰ ਕਹਿੰਦਾ ਹੋਣਾ ਆ ਮੈਂ ਨੱਕ ਫੜ ਲਿਆ ਚੁੰਮੀ ਕੇ ਅੱਛਾ ਉਹ ਬੰਦਾ ਰੋਮਾਂਟਿਕ ਹੋਵੇ ਨਾ ਰੋਮਾਂਟਿਕ ਹੋਵੇ ਉਹ ਰੋਮਾਂਟਿਕ ਹੋਣ ਤੋਂ ਪਹਿਲੇ ਨਾ ਕਮਰੇ ਦੇ ਵਿੱਚ ਪਰਫਿਊਮ ਲਾਏਗਾ ਤਾਂ ਕਿ ਉਹਦੀ ਬੇਗਮ ਨੂੰ ਜਿਹੜਾ ਪਤਾ ਲੱਗ ਜਾਏਗਾ ਕਿ ਲੈ ਵੀ ਅੱਜ ਦਾ ਮਾਹੌਲ ਹੈ ਅੱਜ ਦਿਲ ਕਰ ਰਿਹਾ ਕੁਛ ਅੱਛਾ ਇਹ ਜਦੋਂ ਰੋਮਾਂਟਿਕ ਹੁੰਦਾ ਨਾ ਤੇ ਭਲਾ ਕੀ ਕਰਦਾ ਵਾ ਵਧਣ ਵਾਲੀਆਂ ਜੁੱਤੀਆਂ ਦਾ ਮੂੰਹ ਦੇ ਨਾਲ ਵਧਣਾ ਕੱਢਣ ਲਾਇਆ ਉਹ ਲੱਗ ਜਾਂਦਾ ਪਤਾ ਵੀ ਅੱਜ ਬਹੁਤ ਜਜ਼ਬਾਤੀ ਹੋਇਆ ਕੰਜਰ ਕੰਧ ਢਾਊਗਾ ਅੱਜ ਮੈਨੂੰ ਭਾਈ ਇਹ ਪਹਿਲਾਂ ਬਦਮਾਨਤ ਸੀ ਹੁਣ ਵੀ ਬਦਮਾਨਤ ਸੀ ਆ ਮੈਨੂੰ ਭਾਈ ਚਲੋ ਕਰੋ ਚਾਰ ਬੰਦੇ ਗੱਲ ਗੌਰ ਨਾਲ ਸੁਣ ਲਈ ਇਹਦੀ ਮੋਬਾਇਲ ਨੰਬਰ ਤੈਨੂੰ ਲੈ ਦਿੰਦਾ ਤੂੰ ਵਟਸਐਪ ਕਰ ਦੀ ਪੌੜੀਆਂ ਚ ਖਲੋ ਜਾ ਸਾਰੇ ਨੇ ਥੱਲੇ ਆਉਣਾ ਕੱਲੇ ਕੱਲੇ ਨੂੰ ਸੁਣਾਈ ਜਾ ਕੰਧ ਦੇ ਉੱਤੋਂ ਗੰਦੀ ਫਿਲਮ ਦੇਖੋ ਤੇ ਏਦਾਂ ਦਾ ਮੂੰਹ ਬਣਦਾ ਚਾਰ ਬੰਦੇ ਤਾਸ਼ ਖੇਡਦੇ ਤੇਰੇ ਵਰਗਾ ਬੰਦਾ ਪਿੱਛੇ ਖਲੋਗੇ ਇੱਕੋ ਹੀ ਗੱਲ ਕਰਦਾ ਹੱਸ ਕਰ ਤੇਰੇ ਨਾਂ ਦੀ ਚਾਹ ਪੀਵਾਂ ਆਏ ਜਾਏ ਬੰਦੇ ਇਹੋ ਜਿਹਾ ਬੰਦਾ ਗੁੰਮਰਾਹ ਕਰਦਾ ਹੁੰਦਾ ਮੜੀ ਸਾਈ ਟੀਮ ਬੱਚੀ ਜਵਾਨ ਹੈ
₹50 ਮੇਰੇ ਠੂਸ ਠੂਸ ਕਰੇਗਾ। ਰਾਈ ਸਾਹਿਬ ਦੀ ਫਿਲਮ ਵੇਖਣ ਗਿਆ, ਰਾਈ ਸਾਹਿਬ ਕਹਿੰਦੇ ਓਏ ਮੈਂ ਸਾਰੇ ਕੰਜਰ ਮਾਰਦੇ।